ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਧਾਲੀਵਾਲ ਡੈਰੀ ਫਾਰਮ, ਪਿੰਡ ਧੌਲਾ, ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ। ਬਾਈ ਗੁਰਪ੍ਰੀਤ ਕੋਲੇ ਪਹੁੰਚੇ ਹੋਇਆ। ਇੱਕ ਦਿਖਾਵਾਂਗੇ HF ਤੇ ਇੱਕ ਦਿਖਾਵਾਂਗੇ HF ਤੇ ਗਿਰਲੈਂਡੋ ਦਾ ਕ੍ਰੋਸ, ਤੇ ਤਿੰਨ ਦਿਖਾਵਾਂਗੇ ਸੱਜਣੋ ਜਰਸੀ। ਜਰਸੀ ਵੀ ਨਾ ਫਿਰ ਪੰਜਾਬ ਵਾਲੀਆਂ ਦਿਖਾਵਾਂਗੇ, ਚੰਗੇ ਭਜਨ ਵਜੂਦ ਵਾਲੀਆਂ। ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ, ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ। ਤੇ ਆ ਜਾ ਗੁਰਪ੍ਰੀਤ, ਫਿਰ ਕੀ ਹਾਲ ਆ ਬਾਈ ਗੁਰੂ? ਚੜ੍ਹਦੀ ਕਲਾ ਜਮਾ ਕੋਈ ਰਿਪੋਰਟ ਭੁਲੇਖਾ ਲੱਗ ਗਿਆ ਮੈਨੂੰ। ਇੱਕ ਗੁਰਪ੍ਰੀਤ ਕਹਿੰਦਾ ਐਰ ਸ਼ਹਿਰ ਚ ਪੈਂਦੀ ਆ, ਹਨਾ? ਹੋਰ ਕਿਵੇਂ ਆ? ਸਾਰੀਆਂ ਬ੍ਰੈਂਡੀਆਂ ਠੀਕ ਆ ਬਈ, ਵਧੀਆ। ਤਿੰਨ ਚਾਰ ਬ੍ਰਾਂਡ ਨੇ ਪੰਜਾਂ ਜੀ। ਹਾਂਜੀ ਹਾਂਜੀ। ਕਿਹੜੇ ਪਾਸੇ ਕਰੀਏ ਸ਼ੁਰੂ? ਇੱਥੋਂ ਹੀ ਲੱਗ ਜਾਓ ਜੀ। ਆਹ ਗਾਂ ਤੋਂ? ਹਾਂਜੀ, ਇੱਥੇ ਮਾਰ ਗਿਆ ਜੀ ਕੈਮਰਾ। ਓਏ ਕੋਠੇ ਜਿੱਡੀ ਗਾਂ ਦਿਖਾ ਦੇ ਪਹਿਲਾਂ ਦਾ, ਕੱਦ ਕਾਠ ਦੀ ਕਰਾ ਦੇ ਆਈਡੀਆ, ਲੰਬਾਈ ਦਾ ਕਰਾ ਦੇ। ਸੂਈ ਕਦੋਂ ਆ ਬਾਈ? ਸੂਈ ਕੱਲ ਦੀ ਆ ਜੀ। ਆ ਜਾ ਬਾਈ ਤੋਰ ਦੇ ਖੋਲ ਕੇ, ਜੇਰ ਚੱਪਾ ਡਾ। ਹਾਂਜੀ ਹਾਂਜੀ, ਵੀਡੀਓ ਦਿਖਾਵਾਂਗੇ ਜੇਰ ਦੀ। ਸੂਆ ਕਿਹੜਾ? ਸੂਆ ਦੂਜਾ ਜੀ, ਪਲੂਣ ਨੇ 23-24 ਕਿਲੋ ਦੁੱਧ ਦਿੱਤਾ। ਸੂਆ ਦੂਜਾ ਤੇ ਕੱਲ ਦੀ ਸੂਈ, ਜੇਰ ਜੱਪਾ ਇਹਦਾ ਹੋ ਗਿਆ ਡਨ। ਹਾਂਜੀ, ਕੱਦ ਹੈਗਾ ਸੱਜਣੋ ਪੂਰੇ ਹੀ ਡਬਲ ਕਹਿ ਸਕਦੇ ਆ, ਫੁੱਲ ਵੱਡੇ ਆ, ਲੰਬੀ ਲੰਬੀ ਵੀ ਫੁੱਲ ਆ, ਛੋਟੇ ਹਾਥੀ 'ਚ ਤਾਂ ਨਹੀਂ ਚੜਦੀ। ਨਹੀਂ ਚੜਦੀ, ਪਿੱਛੇ ਲੱਗੂ ਜੀ। ਵੱਡੀ ਗੱਡੀ 'ਚ ਵੀ ਪੂਰੀ ਪੂਰੀ ਆਊਗੀ, ਹੈ ਨਾ? ਹਾਂਜੀ, 25-26 ਕਿਲੋ, 27 ਕਿਲੋ ਦੁੱਧ ਦੇ ਦੂ ਜੇਰ ਕੀ ਇਸ ਵਾਰੀ। ਹਾਂਜੀ, ਤੇ ਬਾਕੀ ਮੌਸਮ ਚੰਗਾ ਨਾ? ਬੜਾ ਵਧੀਆ ਮੌਸਮ, ਮੌਸਮ ਵੀ ਠੰਡ ਦਾ, ਮੌਸਮ ਵੀ ਚੰਗਾ, ਤੇ ਬੱਚੀ ਹੈਗੀ ਵੀ ਨਵੇਂ ਹਾਣ ਚ ਯਾਰ, ਬੱਸੀ ਆ ਵੀ ਇਸ ਕੁਆਲਿਟੀ ਵੀ ਦੱਸਦੀ ਆ। ਫੇਸ ਦਿਖਾ ਦੇ ਮੋੜ ਕੇ ਦੁਬਾਰੇ ਘੁਮਾ ਕੇ, ਇੱਥੇ ਖੜਾ ਦੇ ਘੁਮਾ ਕੇ ਗੈਰੀ, ਹਰੇਕ ਪਾਸਿਓਂ ਦਿਖਾ ਦੇ। ਉਹ ਲਾਂਬਾ ਨਾ ਆਵੇ ਕਿਸੇ ਸੱਜਣ ਦਾ ਵੀ ਆਹ ਪਾਸਾ ਰਹਿ ਗਿਆ ਇਹਦਾ, ਤਸੱਲੀਆਂ ਕਰਾ ਦੇ ਜਮਾ ਸਾਰੇ ਪਾਸੇ ਤੋਂ। ਆ ਜਾ ਲਿਆ ਬਾਈ, ਇਹਨੂੰ ਆ ਗਈ ਬਿਲਕੁਲ ਨਵੇਂ ਹਾਣ ਚ ਫੇਸ ਕੁਆਲਿਟੀ ਦੇਖ ਕੇ। ਜਿਹੜੇ ਸੱਜਣ ਨੇ ਕਦੇ ਗਾਂ ਨਹੀਂ ਰੱਖੀ, ਉਹ ਵੀ ਦੱਸ ਦੂਗਾ ਵੀ ਬਾਕੀ ਦੂਜੇ ਸੂਏ ਚ ਪੈਂਦੀ ਆ। ਹਾਂਜੀ, ਆਰਡਰ ਰੱਖੂ ਨਾਲ ਲੱਗਵਾਂ, ਫਿਕਸ ਆਰਡਰ, ਕੋਈ ਟੁੱਟਵਾਂ ਲੇਵਾ ਨਹੀਂ, ਭਲ ਜ਼ਰੂਰ ਕਰਖੀ ਆ ਨਾ। ਹਾਂਜੀ, ਭਲਾ ਹੋਰ ਖੁੱਲ ਜੂ ਜਦੋਂ ਭਲਾ ਲੈ ਗਈਆਂ ਨਾ। ਇਹ ਕੀ ਰੀਜ਼ਨ ਹੁੰਦਾ ਗੁਰਪ੍ਰੀਤ? ਵਪਾਰੀ ਕਹਿੰਦਾ ਵੀ ਜਿਹੜੀ ਗਾਂ ਭਲ ਵੱਧ ਪਊ ਦੁੱਧ ਉਹ ਖਰੀ ਵਾਲੀ ਹੁੰਦੀ ਆ ਜੀ, ਹੈ ਖਰੀ ਖਰੀ ਵਾਲੀ ਨਿਕਲਦੀ ਆ। ਇਹਦੇ ਪੈਸੇ ਗੁਰਪ੍ਰੀਤ? ਫਿਰ ਪੈਸੇ ਤਾਂ ਫੋਨ ਤੇ ਕਰਾਂਗੇ ਪੰਜਾਂ ਦੇ, ਫੋਨ ਤੇ ਕਿਤੇ ਬਾਲੇ ਨਾ ਮੰਗ ਲੈ। ਨਾ ਨਾ ਜਾਇ ਜੀ, ਆਪਾਂ ਪਹਿਲਾਂ ਦੇਖ ਲਓ, ਲਗਾਤਾਰ 3 ਦਿਨ ਹੋ ਗਏ ਪਾਉਂਦਿਆਂ ਨੂੰ ਵੀਡੀਓ, ਸਾਰਾ ਮਾਲ ਨਵਾਂ ਮਾਲ ਆਪਣੇ ਕੋਲੇ। ਠੀਕ ਹੈ ਗੱਲ, ਪੁਰਾਣੀ ਗਾਂ ਨਹੀਂ ਹੈਗੀ ਇੱਕ ਵੀ, ਪੁਰਾਣੀਆਂ ਗਾਵਾਂ ਤਕਰੀਬਨ ਸਾਰੀਆਂ ਸੇਲ ਹੋ ਗਈਆਂ। ਵੀਡੀਓ ਮਿਲਾ ਕੇ ਦੇਖ ਲਓ, ਜੇ ਕਿਸੇ ਸੱਜਣ ਨੂੰ ਸ਼ੱਕ ਸ਼ੁਬਾ ਜੀ ਲੱਗੂਗੀ, ਹੈ ਨਾ? ਹਾਂ, ਹੁਣ ਮਾਰਦੇ 2 ਨੰਬਰ ਤੇ ਗਹਿਰੀ, ਇਹਦੀ ਆਰਡਰ ਕੁਆਲਿਟੀ ਦੀ ਮਾਰਦੇ ਪਹਿਲਾਂ। ਕੈਮਰਾ ਇੱਧਰ ਬਾਈ ਨੂੰ ਲਾ ਦਾਂਗੇ, ਬੱਚਾ ਧਾਰਾਂ ਵੀ ਦਿਖਾ ਦਾਂਗੇ ਮਾਰ ਕੇ। ਲੈ ਤੋਰ ਬਾਈ ਆ ਕੇ ਖੋਲ ਕੇ, ਤਰਨੋ ਬੀਜੇ ਸਿੰਘ ਤੋਰ ਇਹਨੂੰ। ਸੂਆ ਕਿਹੜਾ ਇਹਦਾ? ਸੂਆ ਦੂਜਾ ਬਈ। ਸੂਆ ਦੂਜਾ ਤੇ ਸੂਈ ਕਦੋਂ ਗੁਰਪ੍ਰੀਤ? ਇਹ ਹੁਣੀ ਆਈਆਂ ਨੇ ਜੀ, ਦੋਨੇ ਸੂਈਆਂ ਪਈਆਂ ਗਾਵਾਂ। ਠੀਕ ਆ, ਨਾਲ ਇਹਦੇ ਕੀ ਆ? ਇਹਦੇ ਮਾਰ ਬੱਸੀ ਆ ਜੀ, ਗਰਲੈਂਡੋ ਦੀ ਆ। ਨਾਲ ਇਹਦੇ ਗਰਲੈਂਡੋ ਦੀ ਬੱਚੀ ਆ ਗਈ, ਲੈ ਪਟੇ ਜੀ ਪਾ ਕੇ ਤੋਰ ਦੇ ਰਸਾ ਕੋਈ। ਆਈ ਤੋਰ ਲਾ ਕੋਈ ਨਾ, ਨਿਕਲ ਗਈ ਪਟੇ ਨਾਲ ਹੀ ਤੋਰ ਦੇ। ਆ ਬੰਦਾ ਪੱਕਾ ਕਹਿੰਦਾ ਪਾ ਕੇ ਛੱਡੂਗਾ ਨਾ। ਕਮਾਲ ਆ, ਕਮਾਲ ਆ, ਬੀਜੇ ਹੋਰੀ ਵੀ ਕਾਰੀਗਰ ਪੱਕੇ ਨੇ, ਇਹੀ ਜੀ ਗੱਲ ਨਹੀਂ। ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਬੱਚੀ, ਤੇ ਆਰਡਰ ਰੱਖਦੀ ਆ ਫਿਕਸ। ਆ ਪਾਸਾ ਪੂਸਾ ਤਾਂ ਨਹੀਂ ਗੁਰਪ੍ਰੀਤ? ਨਾ ਨਾ, ਉਹ ਤਾਂ ਗੁੜ ਪਾਤਾ ਜੀ ਵਾਲੇ ਨੇ, ਭਲਾ ਹੋ ਗਈਆਂ ਪਾਸੇ ਪੂਸੇ ਦੀ ਗਰੰਟੀ? ਨਾ ਨਾ, ਉਹ ਤਾਂ 1 ਨੰਬਰ ਆ। ਠੀਕ ਆ ਗੱਲ, ਜਾਨ ਆ ਗਈ ਫੁੱਲ ਆ, ਸੰਭਾਲਾ ਬਾਈ। ਸੂਆ ਦੂਜਾ ਮੂੰਹ ਦਿਖਾ ਦੀ ਇਹਦਾ ਵੀ ਗੈਰੀ, ਨਾਲ ਇਹਦੇ ਆ ਗਈ ਸੱਜਣੋ ਬੱਚੀ। ਬੱਚੀ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਗੈਰੀ ਮੋੜਿਆ। ਇਧਰਲੇ ਬੰਨੇ ਕਬਾਲਟੀ ਫੁੱਲ ਟੌਪ ਆ, ਲੈਗ ਸਕੋਰ ਵੀ ਮਜ਼ਬੂਤ ਆ ਬੱਚੀ ਦਾ, ਤੇ ਥਣ ਦਾ ਸਾਈਜ਼ ਵੀ ਸੋਹਣਾ ਹੈ, ਮੁੱਠੀ ਵਾਲਾ ਥਣ ਲੱਗਿਆ। ਆਰਡਰ ਰੱਖੂ ਬਿਲਕੁਲ ਫਿਕਸ, ਸੀਜ਼ਨਾਂ ਚ ਦੋਨਾਂ ਜੀ ਚੱਲੂਗੀ, ਗਰਮੀ ਸਰਦੀ ਵਾਲਾ ਤੋਹਫਾ ਹੀ ਆ। ਤੇ ਹੁਣ ਗੈਰੀ ਬੱਚੀ ਦਿਖਾਇਆ ਨੇੜੇ ਜਾ ਕੇ, ਓਏ ਬੱਸੀ ਗਰਲੈਂਡੋ ਦੀ ਆ, ਬੱਚੀ ਦੇ ਵੀ ਮਾਰਦੇ ਕੈਮਰਾ। ਪੈਸੇ ਬਾਈ ਕਹਿੰਦਾ ਇਹਨਾਂ ਦੇ ਫੋਨ ਤੇ ਹੀ ਲਵਾਂਗੇ, ਕੋਈ ਬਾਹਲੇ ਜ਼ਿਆਦੇ ਰੁਪਈਏ ਨਹੀਂ ਲੈਂਦੇ। ਆ ਗਈ ਬਾਈ, ਆ ਗਈ ਜੀ, ਆ ਗਿਆ ਗੈਰੀ ਮੋੜ ਲੈ। ਤੂੰ ਵੀ ਜੇ ਲਾ ਦੇ ਇਹਦਾ ਬੱਚਾ, ਕਿਸੇ ਸੱਜਣ ਨੇ ਆਨਲਾਈਨ ਮੰਗਾਉਣੀ ਹੋਈ ਨਾ, ਧਾਰਾਂ ਧੂਰਾ ਮਾਰ ਕੇ ਕਰਾ ਦਾਂਗੇ ਤਸੱਲੀ। ਤੇ ਬਾਈ ਤਾਂ ਫੋਕੀ ਆ ਜਮਾ, ਮੋਟੀ ਆ ਫੁੱਲਾ, ਪੰਪੇ ਆ ਗਿਆ ਜਮਾ, ਪਿਛਲਿਆਂ ਚ ਵੀ ਭਲਾ ਉਤਰ ਗਿਆ ਨਾ ਗੁਰੀ, ਬਾਹਲਾ ਸਮਾਨ ਚੱਡਾ ਐ ਬਣਾਊਗੀ ਲੇਵਾ।
ਇੱਕ ਗੱਲ ਦੱਸ ਦੇਣਾ, ਥੋੜੀ ਜਿਹੀ ਭਾਲਾ ਜਦੋਂ ਭਲਾ ਭੁਲਾ ਸਹੀ ਹੋ ਗਿਆ, ਥਣ ਦਾ ਸਾਈਜ਼ ਵੀ ਸੋਹਣਾ ਕੱਢੂਗੀ। ਤੇ ਹੁਣ ਚੱਲ ਪੈ ਗਿਆ ਜੀ 2 ਨੰਬਰ ਵਾਲੀ, ਤੇ ਇਹਦਾ ਕੰਮ ਓਕੇ ਜੀ, ਰਿਪੋਰਟ ਆ ਗਈ ਸਤਾਦ। ਮਾਰਦੇ ਧਾਰਾਂ ਮਾਰ ਜਾ, ਮਾਰ ਜਾ ਸੁਰਿੰਦਰ ਸਿੰਘ, ਬਹਿ ਕੇ ਧਾਰਾਂ ਇਹਦੀਆਂ ਵੀ ਕਰਦੇ ਕਰਦੇ ਬੱਚਾ ਬੰਨੇ ਜੀ, ਆ ਗਈ ਕੋਈ ਨੀ ਹੋ ਜਾ ਬੰਨੇ, ਧਾਰਾਂ ਤੁਹਾਨੂੰ ਇਹਦੀਆਂ ਵੀ ਦਿਖਾ ਦਾਂਗੇ, ਮਾਰ ਕੇ ਆਪਾਂ ਤਸੱਲੀ ਕਰਾ ਦਾਂਗੇ ਹਰੇਕ ਪੱਖ ਤੋਂ। ਬਾਕੀ ਹਰੇਕ ਵੀਡੀਓ ਦੇ ਵਿੱਚ ਤੁਹਾਨੂੰ ਕਹਿਣਾ ਵੀ ਹੁੰਦਾ, ਤੇ ਹਰੇਕ ਵੀਡੀਓ ਦੇ ਵਿੱਚ ਮੈਂ ਸੱਜਣੋ ਤੁਹਾਨੂੰ ਅਕਸਰ ਦੱਸਦਾ ਵੀ ਹੁੰਦਾ ਵੀ ਮੇਰਾ ਕੰਮ ਹੁੰਦਾ ਪਸ਼ੂ ਦਿਖਾਉਣ ਦਾ, ਤੁਹਾਡਾ ਕੰਮ ਹੁੰਦਾ ਨੇੜੇ ਆ ਕੇ ਤਸੱਲੀ ਕਰਕੇ ਪਸ਼ੂ ਨੂੰ ਚੈੱਕ ਕਰਕੇ ਖਰੀਦਣਾ। ਤਾਂ ਚਬਾਈ ਇਹਦੀ ਵੀ ਓਕੇ ਦੀ ਰਿਪੋਰਟ ਹੋ ਗਈ ਬਿਲਕੁਲ, ਆ 100 ਦੀ 100 ਆ ਯਾਰ ਥੱਲੇ ਚਬਾਈ ਚ ਬਿਲਕੁਲ। ਬਾਕੀ ਜਿਹੜੇ ਭਰਾ ਨੂੰ ਪਸੰਦ ਆਊ ਉਹ ਆਪਦੀ ਪਾਸ ਕਰਕੇ ਲੈ ਜਾਓ ਬਾਈ, ਨਾਲ ਇਹਦੇ ਆ ਗਈ ਬੱਚੀ। ਤੇ ਹੁਣ ਮਾਰਦੇ 3 ਨੰਬਰ ਵਾਲੀ ਤੇ ਕੈਮਰਾ, ਇਹ ਆ ਗਈ ਜਰਸੀ ਪੰਜਾਬ ਵਾਲੀ ਵੱਡੇ ਕੱਦ ਕਾਠ ਚ, ਲੈ ਧੋਰ ਬਾਈ ਖੋਲ ਕੇ। ਇਹਦਾ ਸੂਆ ਕਿਹੜਾ ਦੂਜਾ ਜੀ? ਇਹਦੇ ਨਾਲ ਗੁਰਪ੍ਰੀਤ ਕੀ ਬੱਚਾ? ਇਹਦੇ ਮਗਰ ਵੀ ਬੱਸੀ ਆ ਜੀ, ਐਚਐਫ ਤੇ ਜਰਸੀ ਦਾ ਕ੍ਰੋਸ ਆ। ਇਹਦੇ ਨਾਲ ਆ ਗਈ ਬੱਚੀ ਕੱਦ ਕਾਠ, ਇਹਦਾ ਵੀ ਚੰਗਾ ਤੇ ਥਣ ਦਾ ਸਾਈਜ਼ ਬਹੁਤ ਸੋਹਣਾ, ਜਿਹੜੀ ਸਭ ਤੋਂ ਮੇਨ ਗੱਲ ਆਰਡਰ ਕੁਆਲਿਟੀ ਵੀ ਚੰਗੀ ਰੱਖਦੀ ਆ। ਇਹਦਾ ਕੀ ਰਿਕਾਰਡ ਆ ਗੁਰਪ੍ਰੀਤ? ਇਹਦਾ ਵੀ 22-23 ਕਿਲੋ ਦਾ ਰਿਕਾਰਡ ਆ ਜੀ। ਠੀਕ ਆ ਗੱਲ। ਤੇ ਬਾਕੀ ਇੱਕ ਗੱਲ ਹੋਰ ਦੱਸਦਾ ਨਾ, ਵਪਾਰੀ ਉਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਫਾਰਮਰ ਦੱਸ ਕੇ ਭੇਜਦਾ, ਤੇ ਬਾਕੀ ਤੁਸੀਂ ਲੈਣਾ ਹੁੰਦਾ ਪਸ਼ੂ ਸੱਜਣੋ ਫਿਰ ਆਪਦੀ ਸਮਝ ਨਾਲ ਵੀ ਸਾਡੇ ਘਰੇ 20 ਪਾ ਦੂ, 25 ਪਾ ਦੂ, ਜਾਂ ਸਾਡੇ ਘਰੇ ਇਹ 15 ਹੀ ਪਾਊ, ਉਹ ਤੁਹਾਡੀ ਸਮਝ ਹੁੰਦੀ ਆ ਬਾਈ। ਤੁਸੀਂ ਆਪਦੀ ਸਮਝ ਨਾਲ ਜੱਜਮੈਂਟ ਕਰਕੇ ਆਪਦੀ ਪਸ਼ੂ ਖਰੀਦਣਾ ਹੁੰਦਾ। ਮੇਰਾ ਕੰਮ ਹੁੰਦਾ ਤੁਹਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਤੇ ਦੱਸਣਾ ਵੀ ਉਹ ਖੜਾ ਕਿਹੜੀ ਜਗ੍ਹਾ ਤੇ। ਮਾਜੀ ਮਾਜੀ ਨਾਲ ਆ ਗਈ ਬੱਚੀ, ਕਰ ਲਾ ਮਾਜੀ, ਲਾ ਦੇ ਬੱਚਾ, ਲਾ ਦੇ ਬੱਚਾ, ਲਾ ਦੇ ਬੱਸੀ ਦਿਖਾਣੀ ਗੁਰੀ ਮਾੜੀ ਇਹਦੀ, ਦੇਖ ਬੱਚੀ ਤੇ ਨਜ਼ਾਰੇ ਦੇ ਦੂ, ਇਹ ਗਰਮੀ ਸਰਦੀ ਵਾਲੀ ਬਣੂ ਬੱਸੀ ਵੀ। ਤੋਹਫੇ ਚੰਗੀ ਦਿਖਾਊਗਾ ਸਾਰੇ ਤੋਹਫੇ, ਤਕਰੀਬਨ ਨਗੀਨੀ ਦਿਖਾਊਗਾ ਬਾਈ ਦੇ ਘਰੋਂ। ਲਾ ਦੇ ਬੱਚਾ, ਲਾ ਕੇ ਬੱਚਾ ਧਾਰਾਂ ਜਾਂ ਮਾਰਦਾ ਨਿਆ ਆਪਾਂ, ਮੈਂ ਕਹਿੰਦਾ ਹੁਣ ਅਗਲੇ ਨੰਬਰ ਤੇ ਜਾ ਹੈ ਮਾਰਦੇ ਬਸ, ਲਾ ਦੇ ਲਾ ਦੇ ਕਰਦੇ ਕਲੀਅਰ, ਫੜ ਬੱਚਾ ਫੜ, ਓਏ ਬੱਚੇ ਦਾ ਮੂਹਰੇ ਬੰਨਣ ਨਹੀਂ ਆ ਜਾਂਦੀਆਂ ਨੇ ਇਹ, ਨਿਆਣੇ ਪਾਉਣ ਦੀ ਵੀ ਲੋੜ ਨਹੀਂ ਮੜੀ, ਕੈਮਰੇ ਤੋਂ ਡਰਦੀ ਹੈ। ਬੋਚ ਕੇ ਥੋੜਾ ਪਛਾਣ ਹੋ ਕੇ ਵਿਊ ਕਰਕੇ ਦਿਖਾ ਦੇ। ਚਬਾਈ ਇਹਦੀ ਹੈਗੀ ਆ ਮੱਝਾਂ ਨਾਲ ਦੀ, ਇਹ ਫੁੱਲ ਮੋਟੀ ਚਬਾਈ ਆ ਤੇ ਪੂਰੀ ਨਾੜਾਂ ਨੂੰ ਲਾ ਦੇ ਗੁਰੀ। ਬਸ ਬਾਈ ਥੱਲੇ ਨਾ ਜ਼ਿਆਦਾ ਖਰਾਬ ਕਰੂ, ਤੇ ਥਣ ਦਾ ਸਾਈਜ਼ ਦਿਖਾ ਦੇ, ਹੋ ਜਾਵੇ ਸੁਰਿੰਦਰਾ ਸ਼ਾਇਡ ਤੇ ਇੱਥੋਂ ਦਿਖਾ ਦੇ, ਤੇ ਹੁਣ ਪਛਾਣ ਹੋ ਕੇ ਬੱਚੀ ਦਾ ਫੇਸ ਦਿਖਾ ਦੇ, ਇੱਕ ਪੱਖ ਤੋਂ ਦਿਖਾ ਦਿੰਗੇ ਜੀ। ਕੱਦ ਕਾਠ ਵਾਲੀ ਆ ਗਈ ਜਾਨ ਵਾਲੀ, ਨਾਲ ਵੀ ਇਹਦੇ ਬੱਚੀ ਆ, ਤੇ ਹੁਣ ਮਾਰਦੇ ਅਗਲੇ ਨੰਬਰ ਵਾਲੀ ਤੇ, ਇਹ ਵੀ ਜਰਸੀ ਦਾ ਨਗੀਨਾ ਹੀ ਆ ਗਿਆ। ਤੋਰ ਖੋਲ ਕੇ ਨੂੰ ਤੋਰ ਬਾਈ, ਇਹਦਾ ਸੂਆ ਬਾਈ ਦੂਜਾ ਜੀ, ਇਹਦੇ ਕਿੰਨੇ ਦਿਨ ਪੈਂਡਿੰਗ ਨੇ? ਇਹਦੇ ਦਿਨ 7-8 ਲੈ ਜੂਗੀ ਜੀ। ਇਹ ਜਾਨ ਜੂਨ ਵਾਲੀ ਆ ਨਾ? ਹਾਂਜੀ, ਬਾੜੇ ਚੰਗੇ ਫਾਰਮ ਚ ਸੇਵਾ ਕਰੀ ਹੋਈ ਆ ਕਿਸੇ ਸੱਜਣ ਨੇ ਦੀ, ਬਾੜੇ ਚੰਗੇ ਫਾਰਮ ਦੀ ਧੋਰ ਐ ਨੂੰ ਫਿਰ ਦਿਖਾ ਗਰੀ ਨੇੜੇ ਲਾ ਕੇ ਸਮਾਰ ਕੇ ਚਵਾਈ ਦੀ, ਨਾੜਾ ਨੂੰ ਚਵਾਈ ਦੀ 1 ਨੰਬਰ ਨਿਕਲੂ ਜੀ, 1 ਨੰਬਰ 100 ਦਾ ਸੋਨਾ ਮਾਰਦੀ ਆ, 110% ਜਰਸੀ ਚ ਆ ਗਈ ਹੈ ਨਾ। ਹਾਂਜੀ, 10 ਨੰਬਰ ਉੱਤੀ ਟੱਪਦੀ ਆ 100 ਤੋਂ ਵੀ, ਆਰਡਰ ਦਾ ਸਾਈਜ਼ ਵੀ ਸੋਹਣਾ ਬਣਾ। ਇੱਥੇ ਰੋਕੀ ਮੜੀ, ਇੱਥੇ ਰੋਕ ਰੋਕ, ਫੇਸ ਕੁਆਲਿਟੀ ਬਹੁਤ ਸੋਹਣੀ ਆ, ਇੱਥੋਂ ਮਾਰ ਗਰੀ ਇਹਦੀ ਫੇਸ ਕੁਆਲਿਟੀ ਤੇ ਮਾਰਦੇ, ਇੱਥੋਂ ਕੈਮਰਾ ਹੋਈ ਇੱਥੋਂ ਕਰਾ ਦੇ, ਦੇਖਣ ਵਾਲੇ ਸੱਜਣਾ ਦੀ ਤਸੱਲੀ, ਕਹਿੰਦੇ ਫਾਰਮ ਚ 13ਵਾਂ ਨੰਬਰ ਤੇ ਦਾ ਲਿਆ, ਉਹਨਾਂ ਨੂੰ ਲਿਆ ਲਿਆ 13 ਨੰਬਰ ਸੀ। ਹਾਂਜੀ 13ਵਾਂ ਨੰਬਰ ਦੀ, 13 ਨੰਬਰ ਨੂੰ ਗੋਰੇ ਥੋੜਾ ਜਿਹਾ ਬਣਾਇਆ ਨਹੀਂ ਵੀ ਗੋਰਿਆਂ ਨੇ, ਕਹਿੰਦੇ ਵੀ 13 ਸੈਕਟਰ ਚੰਡੀਗੜ੍ਹ ਸਰਚ ਵੀ ਦੇਖ ਲਿਓ ਮਾਰ ਕੇ, ਪਰ ਇਹ ਕਹਿੰਦੀ 13 ਨੰਬਰ 'ਚ ਝੰਡੀ ਪੱਟਣੀ ਆ ਆਪਾਂ ਨੇ। ਇਹ ਆ ਗਈ ਜਰਸੀ ਨਸਲ ਦੇ ਵਿੱਚ, ਛੋਟੀ ਨਹੀਂ ਹੈਗੀ ਗੁਰੀ, ਹਾਈਟ ਪਰਸੈਂਟੇਜ ਵੀ ਬਹੁਤ ਹੁੰਦੀ ਆ ਬਾਈ, ਛੋਟੀ ਨਹੀਂ ਹੈਗੀ, ਦੇਖਿਆ ਹਾਈਟ ਹੂਟ ਦੇ ਨਾਲ ਦੀ ਦੁੱਧ ਹੁੰਦਾ ਬਣੂ ਹੋਏ ਬਾਲੀ, ਦੇਖ ਖਣ ਦਾ ਸਾਈਜ਼ ਬਹੁਤ ਸੋਹਣਾ ਰੱਖੂਗੀ ਤੇ ਬਣੂ ਬਥੇਰੀ ਜਾਣ ਜੂਣ ਦਾ, ਕੋਈ ਤੋੜ ਨਹੀਂ ਕਲਾ ਦੋ ਹੈ, ਕਿਸੇ ਵੀ ਪਾਸੇ ਨਹੀਂ ਤਾਂ ਵੀ ਨਹੀਂ ਕਿਸੇ ਪਾਸੇ, ਸੀਮਨ ਦੱਸ ਦਾਂਗੇ ਪੁੱਛ ਕੇ ਕਿਹੜਾ ਲੱਗਿਆ ਜੀ। ਹਾਂ ਹਾਂ ਸਾਰਾ ਰਿਕਾਰਡ ਦੇ ਦਾਂਗੇ ਬਾਈ। ਸੂਆ ਦੂਜਾ, ਦੂਜਾ ਸੂਆ ਰੇਜ ਨਾਲ
ਆ ਕਿਹੜੀ ਕੰਪਨੀ? ਇਹ ਹੈਰ ਸਹਿਰ ਆ, ਢੋਰ ਚੋਬਰਾ ਕੋਲ ਤੇ ਫਿਰ ਜਾਣ ਜੂਣੇ ਚ ਵੀ ਚੰਗੀ ਆ ਨਾ। ਹਾਂਜੀ, ਇੱਕ ਗੱਲ ਦੱਸ ਦੇਣਾ, ਦੋਨੇ ਇੱਕੋ ਜੀ ਨੇ, ਜੇ ਕਿਸੇ ਸੱਜਣ ਨੇ ਇੱਕੋ ਫਾਰਮ ਤੇ ਲੈ ਕੇ ਜਾਣੀ ਆ, ਦੁੱਧ ਵੀ ਚੰਗਾ ਪਾਉਣਗੀਆਂ ਤੇ ਦੋਨਾਂ ਦੀ ਫੈਂਟ ਪਰਸੈਂਟੇਜ ਵੀ ਚੰਗੀ ਹੋਊ, ਤੇ ਗਰਮੀ ਸਰਦੀ ਵਾਲੇ ਤੋਹਫੇ ਨੇ ਦੋਹੇ। ਢੋਰ ਤਾਂ ਮਿਲਦੀ ਨੀ ਗੁਰੀ, ਲੱਭਣ ਤੇ ਆਪਣੇ ਕੋਲੇ ਪਰਸੋਂ ਸੀ, 7-8 ਮਿੰਟਾਂ 'ਚ ਪੈਗੀ। ਵਾਢੀ ਵਾਲੀ ਹੈ ਇਹਦੀ, ਇਹ ਵੀ ਚੌੜੀ ਆ ਪੂਰੀ, ਇਹਦਾ ਜਿਹੜਾ ਸਟਰਕਚਰ ਆ ਗਿਆ, ਢਾਂਚਾ ਆ ਗਿਆ, ਜਿਵੇਂ ਆਪਾਂ ਕਹਿੰਦੇ ਨਾ ਪਹਿਲੇ ਸੂਏ ਵਾਲੀਆਂ ਝੋਟੀਆਂ ਨਾਲ ਦਾ ਆ ਗਿਆ। ਹਾਂ, ਇਹਨੂੰ 10 ਸਾਲ ਰੱਖ ਲਾ ਤਾਂ ਨਹੀਂ ਬੁੜੀ ਹੁੰਦੀ ਇਹ, ਇੱਥੇ ਰਹੂ। ਹਾਂ, ਦਿਨ ਕਿੰਨੇ ਬਾਕੀ ਨੇ? ਦਿਨ ਇੱਕੋ ਹੀ ਲੈਣੀ ਆ, 8-8 ਸਾਲ ਸੂਆ ਦੂਜਾ ਇਹਦਾ ਵੀ ਲਿਆ ਲਿਆ, ਦੁੱਧ 22 ਕਿਲੋ ਦਿੱਤਾ ਇਹਨੇ ਵੀ ਪਲੂਣ ਨੇ। ਆ ਰੂਬ ਰੂਬ ਇਹਦਾ ਵੀ ਆਪਾਂ ਗੱਲ ਕਰ ਲਈਏ, ਨੌਕਰੀ ਘੋੜੀ ਨਾਲ ਦਾ ਹੀ ਆ, ਤੇ ਨਖਰੇ ਵਾਲੀ ਬੱਚੀ ਆ ਗਈ ਪੂਰੀ। 50 ਕਿਲੋ ਦੁੱਧ ਖੁੱਲਾ ਦੇ ਦੇਣੀਆਂ ਗੁਰੀ ਦੋਨੇ ਹੋਏ, ਜੋੜਾ ਜੋੜਾ ਜਿਹਨੇ ਲੈ ਕੇ ਜਾਣਾ। ਜੇ ਕਿਸੇ ਸੱਜਣ ਨੇ ਲਿਜਾਣਾ, ਕੱਲੀ ਕੱਲੀ ਦਾ ਹੋ ਜਾਊਗਾ, ਜੋੜੇ ਚ ਹੋ ਜੂ ਥੋੜਾ ਮਾਨਤਾਨ, ਜੋੜੇ ਚ ਮਾਨਤਾਨ ਕਰਦੇ ਆ, ਪਹੁੰਚ ਕਰ ਦਿਆਂਗੇ ਜੋੜੇ ਦੀ, ਕਰਦੇ ਆ ਜੀ। ਪਹੁੰਚ ਬਾਈ ਕਹਿੰਦਾ ਜੋੜੇ ਦੀ ਕਰ ਦਾਂਗੇ, ਸੌਦਾ ਬਾਈ ਨਾਲ ਮੁਕਾ ਲਿਓ, ਕੱਲੀ ਕੱਲੀ ਦਾ ਰੇਟ ਤੁਹਾਨੂੰ ਪਤਾ ਥੋੜਾ ਜਿਹਾ ਹੋ ਜਾਣਾ, ਕਿਉਂਕਿ ਜੋੜੇ ਚੋਂ ਥੋੜਾ ਬਹੁਤਾ ਮਾਨਤਾਨ ਹੋ ਜਾਂਦਾ ਹੁੰਦਾ, ਕਿਤੋਂ ਵੀ ਤੁਸੀਂ ਜੋੜਾ ਲੈਂਦੇ ਹੋ ਤਕਰੀਬਨ ਆਪਣੀ। ਇਹ ਆਪਣੇ ਕੋਲ ਅੱਜ ਹੀ ਮਾਲ ਆਇਆ ਗੁਰੀ ਸਾਰਾ, ਠੀਕ ਆ ਗੱਲ। ਹਾਂ, ਪਹਿਲਾਂ ਆਪਾਂ ਸਾਰਾ ਸੇਲ ਕਰਤਾ, ਜਿਹੜੀ ਪਰਸੋਂ ਵੀਡੀਓ ਪਾਈ ਸੀ, ਕੱਲ ਸਾਰਾ ਨਿਬੜ ਗਿਆ। ਠੀਕ ਆ ਜੀ। ਇੱਕ ਦਿਖਾਤੀ ਐਰ ਸ਼ਹਿਰ, ਦੋ ਦਿਖਾਤੀਆਂ ਜਰਸੀ, ਇੱਕ ਗਿਰਲੈਂਡੋ ਕ੍ਰੋਸ ਦਿਖਾਤੀ, ਇੱਕ ਦਿਖਾਤੀ ਫੁੱਲ ਵੱਡੇ ਕੱਦ ਕਾਰ ਚ HF। ਬੱਚੀਆਂ ਸਾਰੀ ਨਵੇਂ ਹਾਣ ਚ ਦਿਖਾਈਆਂ ਨੇ, ਢਾਲੀਵਾਲ ਡੈਰੀ ਫਾਰਮ ਤੋਂ ਦਿਖਾਈਆਂ ਨੇ, ਪਿੰਡ ਧੌਲਾ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ। ਨੰਬਰ ਬੋਲ ਦਿਓ ਬਈ। 97796 0582। 97796 0582 ਗੁਰਪ੍ਰੀਤ ਦਾ ਨੰਬਰ ਮਿਲਿਆ ਰਿਹਾ ਇਹਨਾਂ ਚੋਂ, ਜਿਹੜਾ ਵੀ ਨਗੀਨਾ ਪਸੰਦ ਆਊਗਾ, ਤਸੱਲੀ ਕਰਕੇ, ਗੱਲਬਾਤ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ। ਧੰਨਵਾਦ ਜੀ।